Subscribe to our YouTube channel and press the bell icon to get the latest updates. Shromani Akali Dal strongly opposes this bill. Sir, every bill which is for the nation, some part of the country likes the bill, some part of the country does not like the bill. This bill. The three farmers ordinance bills, which are bills which are in the name of farmers and Punjab state is the heart of farmers of, of India, are against this bill. 20 lakh farmers are going to be affected. More than 30,000 artyas are going to be affected. More than 3 lakh mandi laborers are going to be affected. More than 15, 20 lakh khet mazdoors are going to be affected. ਸਰ ਆਫਟਰ ਇੰਡੀਪੈਂਡੈਂਸ ਏਵਰੀ ਸਟੇਟ ਮੇਡ देयर ओन ਪਲਾਨ ਹਾਊ ਟੂ ਟੇਕ देयर ਸਟੇਟ ਟੂ ਵਿਚ ਸਾਈਡ ਸਰ ਜੋ ਪੰਜਾਬ ਸੂਬਾ ਉਹ ਖੇਤੀ ਦਾ ਸੂਬਾ ਕਈ ਸੂਬੇ ਦੇਸ਼ ਦੇ ਉਹਨਾਂ ਨੇ ਪੂਰਾ ਜੋਰ ਇੰਡਸਟਰੀ ਲਾਉਣ ਤੇ ਲਾਇਆ ਕਈ ਸੂਬੇ ਦੇਸ਼ ਦੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਤੇ ਲਾਇਆ ਕੋਈ ਸੂਬਿਆਂ ਨੇ ਆਈਟੀ ਇੰਡਸਟਰੀ ਤੇ ਲਾਇਆ ਪਰ ਪੰਜਾਬ ਦੇ ਸੂਬੇ ਨੇ ਪੰਜਾਬ ਦੀ ਸਰਕਾਰਾਂ ਨੇ ਪਿਛਲੇ 50 ਸਾਲ ਖੇਤੀ 인ਫਰਾਸਟ੍ਰਕਚਰ ਨੂੰ ਬਿਲਡ ਕਰਨ ਵਾਸਤੇ ਲਾਇਆ ਤੁਸੀਂ ਦੇਖਿਆ ਹੁਣ ਕਿ ਸਾਰਾ ਪੰਜਾਬ ਦਾ ਖਜ਼ਾਨਾ 50 ਸਾਲ ਅਸੀਂ ਖੇਤੀ ਤੇ ਲਾਇਆ ਕਿਉਂ ਦੇਸ਼ ਨੂੰ ਆਂਦੀ ਲੋੜ ਸੀ ਦੇਸ਼ ਬਾਰੋਂ ਇੰਪੋਰਟ ਕਰਦਾ ਸੀ आज ਜੰਮਵਰੀ ਪੰਜਾਬ ਨੇ ਸੰਭਾਲੀ ਸਾਡੀ ਪੰਜਾਬ ਦੀ ਜ਼ਮੀਨ 2.5% ਹੈ ਜਿਵੇਂ ਮੈਂ ਕੱਲ ਦੱਸਿਆ 1980 ਦੇ ਦੌਰਾਨ ਅਸੀਂ 80% ਦੇਸ਼ ਦਾ ਅੰਨ ਪੈਦਾ ਕਰਦੇ ਸੀ ਅੱਜ ਦੀ ਤਰੀਖ ਵੀ 50% ਤੋਂ ਵੱਧ ਅਸੀਂ ਅੰਨ ਪੈਦਾ ਕਰਦੇ ਹਾਂ ਕਿਉਂ ਪੈਦਾ ਕਰਦੇ ਹਾਂ ਕਿਉਂਕਿ ਕਿਸਾਨ ਖੇਤੀ ਨੂੰ ਆਪਣਾ ਬੱਚਾ ਸਮਝਦਾ ਤੁਸੀਂ ਦੇਖਿਆ ਹੁਣ ਹਿੰਦੁਸਤਾਨ ਵਿੱਚ ਡਰਾਉਟ ਆ ਜਾਂਦਾ ਉਥੇ ਖੇਤੀ ਨਹੀਂ ਹੁੰਦੀ ਪਰ ਦੇਸ਼ ਵਿੱਚ ਡਰਾਉਟ ਆ ਜਾਏ ਪੰਜਾਬ ਵਿੱਚ ਮੀਂਹ ਨਾ ਪਏ ਪਰ ਪੰਜਾਬ ਦੀ ਫਸਲ ਪੂਰੀ ਕਿਉਂ ਹੁੰਦੀ ਹੈ ਕਿਉਂਕਿ ਪੰਜਾਬ ਦੀ ਸਰਕਾਰਾਂ ਨੇ ਅਸੀਂ ਉਥੇ ਇਰੀਗੇਸ਼ਨ ਨੈਟਵਰਕ ਪੈਦਾ ਕੀਤਾ ਡਿਊਲ ਨੈਟਵਰਕ ਪੈਦਾ ਕੀਤਾ ਸਾਡੀ ਪੰਜਾਬ ਦੀ ਜ਼ਮੀਨ 100% ਇਰੀਗੇਟਡ ਹੈ 100% 21 ਇੰਚ ਜ਼ਮੀਨ ਤਾਨੂੰ ਇਰੀਗੇਸ਼ਨ ਦੇ ਬਿਗੈਰ ਨਹੀਂ ਮਿਲੂਗੀ ਆਈ ਸਾਡਾ ਸਾਰਾ ਸਮਾਇਆ ਹੈ ਅਸੀਂ ਆਪਣੇ ਪੰਜਾਬ ਨੇ ਆਪਣਾ ਪਾਣੀ ਦੇਸ਼ ਵਾਸਤੇ ਕੁਰਬਾਨ ਕਰ ਦਿੱਤਾ ਤੁਸੀਂ ਸਾਰੇ ਜਾਣਦੇ ਹੋ 1 ਕਿਲੋ ਚਾਵਲ ਪੈਦਾ ਕਰਨ ਵਾਸਤੇ ਤਕਰੀਬਨ 5000 ਲੀਟਰ ਚਾਵਲ ਦੀ ਲੋੜ ਆ ਪਾਣੀ ਦੀ ਲੋੜ ਹੈ ਅੱਜ ਦੇਸ਼ ਵਾਸਤੇ ਅਸੀਂ ਆਪਣਾ ਪਾਣੀ ਐਕਸਪੋਰਟ ਕਰ ਦਿੱਤਾ ਸਾਡੀ ਸਰਕਾਰ ਦਾ ਸਿਸਟਮ ਆਪਾਂ ਮੰਡੀਕਰਨ ਆ ਜਿਹੜੇ ਐਕਟ ਬਣਿਆ ਹੈ ਮੰਡੀਕਰਨ ਐਕਟ ਪਰਜਾ ਬਸਤੇ ਬਣੇ ਗਏ ਆ ਪਰ ਤੁਹਾਨੂੰ ਦੱਸਣਾ ਚਾਹਣਾ ਹੈ ਪੰਜਾਬ ਦਾ ਮੰਡੀਕਰਨ ਐਕਟ ਸਭ ਤੋਂ ਇੰਡੀਆ ਚ ਨਹੀਂ ਵਰਲਡ ਦਾ ਬੈਸਟ ਹੈ ਸਾਡੇ ਪੰਜਾਬ ਵਿੱਚ 12000 ਪਿੰਡ ਹੈ 12000 ਪਿੰਡਾਂ ਵਿੱਚੋਂ 1900 ਮੰਡੀ ਬਣੀਆਂ ਸਾਡੇ ਪਰਚੇਸ ਸੈਂਟਰ ਬਣੇ ਆ ਹਰ 6 ਪਿੰਡ ਬਾਅਦ ਪਰਚੇਸ ਸੈਂਟਰ ਬਣੇ ਆ ਹਰ ਪਿੰਡ ਨੂੰ ਲਿੰਕ ਰੋਡ ਦਿੱਤੀ ਗਈ ਹੈ 20 ਮਿੰਟਾਂ ਦੇ ਅੰਦਰ ਸਾਡਾ ਪੰਜਾਬ ਦਾ ਕਿਸਾਨ ਮੰਡੀ ਕੋਲੇ ਪਹੁੰਚ ਜਾਂਦਾ ਹੈ ਇਹ ਜਾਵਰੀਆ ਸਿਸਟਮ ਹੈ ਸਰ ਆਹ ਸਿਸਟਮ ਕਿਤੇ ਹੋਟ ਲੱਗ ਸਕਦਾ ਹੈ ਪਰ ਜੇ ਆ ਆਰਡੀਨੈਂਸ ਪੰਜਾਬ ਚ ਆਏ ਸਾਡਾ ਜਿਹੜਾ 50 ਸਾਲ ਦੀ ਤਪੱਸਿਆ ਸਾਡੀ ਜਿਹੜੀ ਕਿਸਾਨੀ ਹੈ ਜਿਸ ਨੇ ਦੇਸ਼ ਨੂੰ ਬਚਾਇਆ ਉਹ ਤਬਾਹ ਹੋ ਸਕਦੀ ਹੈ ਉਹਨਾਂ ਦੇ ਮਨ ਚ ਬਹੁਤ ਸ਼ੰਕੇ ਹੈ ਉਹਨਾਂ ਦੇ ਮਨ ਚ ਹੈ ਕਿ ਆ ਜਿਹੜੇ ਐਕਟ ਆ ਰਿਹਾ ਹੈ ਮਲਟੀ ਨੈਸ਼ਨਲ ਵੱਡੇ ਕਾਰਪੋਰੇਟ ਕਰਾਨੇ ਆ ਪ੍ਰਾਈਵੇਟ ਮੰਡੀਏ ਪ੍ਰਾਈਵੇਟ ਖਰੀਦ ਕਰਨਗੇ ਕਿਉਂਕਿ ਉਹਨਾਂ ਨੂੰ ਕੋਈ ਟੈਕਸ ਨਹੀਂ ਲੱਗੂਗਾ ਐਮਐਸਪੀ ਤੇ ਪਹਿਲੇ ਪਹਿਲੇ ਸ਼ਾਇਦ ਵੱਧ ਰੇਟ ਲੈ ਕੇ ਦੇ ਦੇਣ ਜਦੋਂ ਮੋਨੋਪੋਲੀ ਕਰ ਲੈਣਗੇ ਤੇ ਫਿਰ ਕਿਸਾਨ ਨੂੰ ਆਪਣੇ ਕਬਜ਼ੇ 'ਚ ਕਰ ਲੈਣਗੇ ਸਰ ਆ ਪੰਜਾਬ ਜਿਹੜਾ ਸਟੇਟ ਹੈ ਐਸ ਕਰਕੇ ਜਿਹੜੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਲੋੜ ਹੈ ਆ ਮੈਂ ਕੋਈ ਲੋਕਾਂ ਨੇ ਕੋਈ ਲੀਡਰਸ਼ਿਪ ਨੇ ਕਾਂਗਰਸ ਦੇ ਕਈ ਲੀਡਰਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਯੂ-ਟਰਨ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਯੂ-ਟਰਨ ਨਹੀਂ ਕੀਤਾ ਜਦੋਂ ਪਹਿਲੀ ਗੱਲ ਮੈਂ ਕੱਲ ਵੀ ਸਪਸ਼ਟ ਕੀਤੀ ਸੀ ਤੇ ਅੱਜ ਵੀ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਨਹੀਂ ਸੀ ਕੀ ਐ ਕਰ ਰਿਹਾ ਜਦੋਂ ਕੈਬਨਿਟ ਚ ਆਇਆ ਸਾਡੇ ਮੰਤਰੀ ਹਰਸਿਮਰਤ ਕੌਰ ਨੇ ਉਦੋਂ ਗੱਲ ਕੀਤੀ ਕਨਸ਼ਾ ਜੀ ਕਿ ਅਨਸ਼ਾ ਜੀ ਕਨਸ਼ਾ ਸੀ ਜਿਹੜੀਆਂ ਸ਼ੰਕਾ ਸੀ ਅਸੀਂ ਦੱਸਿਆਂ ਮੰਤਰੀ ਜੀ ਬੈਠੇ ਐ ਸਾਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਫਲੋਰ ਆਫ ਹਾਊਸ ਜੋ ਵੀ ਕਹੀ ਜਾਂਦਾ ਸੱਚਾ ਕਹੀ ਜਾਂਦਾ ਹੈ ਦੂਜੀ ਗੱਲ ਜੇ ਮੰਤਰੀ ਜੀ ਨੇ ਚਿੱਠੀ ਲਿਖ ਕੇ ਵੀ ਕਿਹਾ ਸੀ ਜੋ ਸਾਡੀਆਂ ਸ਼ੰਕਾ ਪਿਛਲੇ 2 ਮਹੀਨੇ ਅਸੀਂ ਕਿਉਂਕਿ ਅਸੀਂ ਐਨਡੀਏ ਦੇ ਸਾਥੀ ਆ ਅਸੀਂ ਪੰਜਾਬ ਦੇ ਕਿਸਾਨਾਂ ਦੀ ਭਾਵਨਾ ਅਸੀਂ ਮੰਤਰੀ ਜੀ ਕੋਲੇ ਲੈ ਕੇ ਆਉਂਦੇ ਰਹੇ ਮੰਤਰੀ ਜੀ ਨੇ ਆਪਣੀਆਂ ਗੱਲਾਂ ਉਹਨੇ ਦਸੀਆਂ ਅਸੀਂ ਵਾਪਸ ਕਿਸਾਨ ਯੂਨੀਅਨ ਕੋਲ ਜਾਂਦੇ ਮੈਨੂੰ ਇੱਕ 5 ਮਿੰਟ ਜੀ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਵੈਰੀ ਇੰਪੋਰਟੈਂਟ ਪਲੀਜ਼ 5 ਮਿੰਟਸ ਜਸਟ ਕਨਕਲੂਡਿੰਗ 5 ਮਿੰਟਸ ਮੈਂ ਜੜਕ ਵਿਦਨ एक मिनट में ओके फाइव मिनट्स आई जस्ट कम कंक्लूड वेरी सीनियर पार्लियामेंट्री यू आर प्लीज विद वन मिनट प्लीज विद इन वन मिनट बहुत जरूरी मुद्दा जी क्योंकि ये पंजाब को कंसर्न करता है सो so, मैं जर बोल रहा हूं कि ये जो है ये जो हमने बात की कि हमने हर फोरम पे उठाया हमने कोशिश की कि जो पंजाब की श, किसानों की शंकाएं दूर हो है, पर वो दूर नहीं हुई बिल लाया गया इसलिए हमने फैसला किया कि हम किसान के जो बिल खिलाफ है हम उसके साथ नहीं खड़ सकते मुझे हैरानी हुई अगर अभी कांग्रेस के लीडरशिप अभी एक किसान इस बिल के खिलाफ वो बोल रही है उन्होंने मैंने कांग्रेस के लीडर जो भाषण दे रहे थे वो भाषण किसान के हक के नहीं दे रहे थे वो श्रोमणी अकाली दल के खिलाफ ही बोल रहे थे उनका मुद्दा श्रोमणी अकाली दल था मैं पूछना चाहता हूं ये कांग्रेस के जो लीडर बाहर बैठे हैं इलेक्शन मैनिफेस्टो किस पार्टी का है यह कांग्रेस पार्टी का है राहुल गांधी की फोटो है 2019 का मैनिफेस्टो है जिसे कांग्रेस ने लिखा है कांग्रेस विल डिलीवर और उसमें क्या डिलीवर करेंगे एपीएमसी एपी 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 एक्ट को बॉलिश करना यह लिखा है और ओपन करना के ये जो एपीएमसी एक्ट आप लेके ले ले आए उससे भी ज्यादा ये जो कांग्रेस ने यह भी लिखा है ये जो एग्रीकल्चर जो प्लीज 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 कंक्लूड कीजिए सर मुझे टोकना अच्छा नहीं लग रहा है प्लीज सर आ, करी, करी। ये ये कैप्टन अमरिंदर सिंह की बात कर रहे हैं कैप्टन अमरिंदर सिंह ने गुटका साहब की सौंक खाई ये बैठे सारे एमपी वहीं थे कैप्टन अमरिंदर सिंह गुरु की सौंख खाई और कहा और ये चोन मैनिफेस्टो जारी किया इलेक्शन जितने इलेक्शन लड़ने के पहले 2017 में उस 2017 का इलेक्शन मैनिफेस्टो है उस मैनिफेस्टो में जो तीन ऑर्डिनेंस आप लेके आए हैं वो सारे तीन ऑर्डिनेंस इनके इलेक्शन मैनिफेस्टो में हैं और उन्होंने कांग्रेस ने जो तीन साल हुए कोई प्रॉमिस दूर पूरा नहीं किया एक ही प्रॉमिस पूरा किया ये तीन ऑर्डिनेंस पंजाब में लागू किए आज पंजाब में ये पंजाब का एक्ट है जो 2017 में ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ ਹੈ ਇਹ 2017 ਦਾ ਐਕਟ ਅਭੀ ਲਾਗੂ ਪੰਜਾਬ ਮੇ ਹੈ ਇਹ ਆਪ ਮੰਡੀ ਦੀ ਗੱਲ ਕਰਤੇ ਹੈ ਲਾਗੂ ਹੈ